ਆਪਾਂ ਥੋੜ੍ਹਾ ਬਾਹਰ ਨੂੰ ਕੱਢਿਆ ਗਿਆ ਬਾਈਕ ਨੂੰ, ਅਤੇ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਕਿੱਡੀ ਜ਼ਿਆਦਾ ਖਤਰਨਾਕ ਆਈ ਜਾਂਦੀ ਹੁਣ, ਹੈ ਨਾ? ਆਹ ਚੈੱਕ ਕਰੋ ਤੁਸੀਂ। ਹੈਲੋ ਗਾਈਜ਼, ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਅਤੇ ਆਈ ਹੋਪ ਤੁਸੀਂ ਪਿੱਛੇ ਵਾਲਾ ਵਲੋਗ ਦੇਖ ਲਿੱਤਾ ਹੋਊਗਾ, ਅਤੇ ਹੁਣੇ ਉਹਦਾ ਹੀ ਆਊਟਰ ਦੇਖ ਕੇ ਹਟਿਆ ਸੀ ਮੈਂ, ਅਤੇ ਆਹ ਵਾਲਾ ਵਲੋਗ ਆਪਾਂ ਨਾਲ ਦੀ ਨਾਲ ਸ਼ੂਟ ਕਰੀ ਜਾਂਦੇ ਹਾਂ। ਬਾਕੀ ਗਾਈਜ਼, ਤੁਹਾਨੂੰ ਜਿਵੇਂ ਪਤਾ ਹੈਗਾ ਆਪਾਂ ਆਪਣੇ ਵਾਲਾ ਮੋਟਰਸਾਈਕਲ ਕਰਾਇਆ ਸੀ ਜੈੱਡ ਬਲੈਕ, ਅਤੇ ਅੱਜ ਆਪਾਂ ਇਹਦੇ ਨਾ ਰਿਮ ਜਿਹੜੇ ਹੈਗੇ ਉਹ ਬਲੈਕ ਕਰਨ ਦੀ ਸੋਚੀ ਜਾਂਦੇ ਹਾਂ, ਅਤੇ ਨਾਲੇ ਆ ਜਿਹੜੀ ਗ੍ਰੀਨ ਦੀ ਸਟ੍ਰਿਪ ਇਹ ਲਾ ਦਾਂਗੇ, ਅਤੇ ਨਾਲੇ ਇਹਨੂੰ ਸਾਫ਼ ਕਰ ਦਿੰਦੇ ਹੈਗੇ ਹਾਂ। ਅਤੇ ਇਹ ਆਪਾਂ ਕੰਮ ਅੱਜ ਦੇ ਅੱਜ ਨਿਬੇੜ ਦੇਣਾ ਹੈਗਾ, ਬਲੈਕ ਰਿਮ ਵਾਲਾ ਅਤੇ ਆਹ ਗ੍ਰੀਨ ਟੇਪ ਲਾ ਕੇ ਇਹਨੂੰ ਸਾਫ਼ ਕਰਨ ਵਾਲਾ। ਠੀਕ ਹੈ ਜੀ, ਤਾਂ ਆਪਾਂ ਅੱਜ ਫਿਰ, ਅਤੇ ਬਿਨਾਂ ਦੇਰ ਕੀਤੇ ਆਪਾਂ ਪਹਿਲਾਂ ਨਾ ਬਲੈਕ ਸਪਰੇ ਲੈ ਕੇ ਆਉਂਦੇ ਹਾਂ, ਕਿਉਂਕਿ ਜਲਦੀ ਜਲਦੀ ਆਪਣਾ ਕੰਮ ਨਿਬੜ ਜੂ ਅਤੇ ਜ਼ਿਆਦਾ ਵਧੀਆ, ਨਾਲੇ ਇਹਨੂੰ ਸਾਫ਼ ਕਰਨਾ ਗਾ, ਅਤੇ ਹੁਣ ਚੱਲਦੇ ਹੈਗੇ ਫਿਰ ਆਪਾਂ ਬਲੈਕ ਸਪਰੇ ਲੈਣ। ਬਾਕੀ ਗੱਲ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ, ਹੈ ਨਾ? ਪਿਛਲੇ ਵਾਲੇ ਵਲੌਗ ਵਿੱਚ ਵੀ ਤੁਹਾਨੂੰ ਦਿਖਾਈ ਦਿੱਤੀ ਸੀ। ਅਤੇ ਅੱਜ ਅਤੇ ਗੱਲ ਅੱਜ ਆਪਾਂ ਇਹਨੂੰ ਕਰ ਦੇਣਾ ਹੈਗਾ ਬਲੈਕ ਰਿਮ, ਪੂਰੇ ਘੈਂਟ ਬਣ ਜਾਣਾ ਫਿਰ ਮਾਮਲਾ। ਅਤੇ ਹੁਣ ਗੱਲ ਆਪਾਂ ਲਿਆਂਤੀ ਹੈਗੀ ਆ ਬਲੈਕ ਸਪਰੇ ਆਪਣੀ, ਆਹ ਕਰ ਲਓ ਤੁਸੀਂ, ਹੈ ਨਾ? ਮੈਟ ਬਲੈਕ ਲੈ, ਨਹੀਂ ਨਹੀਂ ਗਲੋਸ ਆ, ਹਾਂ। ਅਤੇ ਗਾਈ ਸਾਹਿਬ ਗਲੋਸ ਬਲੈਕ ਆਪਣੀ ਸਪਰੇ ਲਿਆਂਤੀ ਆ, ਅਤੇ ਮੋਟਰਸਾਈਕਲ ਵੀ ਆਪਾਂ ਇੱਥੇ ਲਾਤਾ ਪੂਰਾ ਇੰਤਜ਼ਾਮ ਕਰਕੇ, ਥੱਲੇ ਕੋਈ ਕੱਪੜਾ ਵਗੈਰਾ ਵਿਛਾਤਾ ਕਿ ਫਰਸ਼ 'ਤੇ ਆਹ ਦਾਗ ਜਿਹਾ ਪੈ ਜਾਣ। ਬਾਕੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਜੀ ਗ੍ਰੀਨ ਜੀ ਸਟ੍ਰਿਪ ਲੱਗੀ ਨਾ ਟਾਇਰ 'ਤੇ, ਇਹ ਲਾ ਦੀ ਆਪਾਂ, ਇਹ ਗਰਮ ਕਰਕੇ ਲੈ ਜੂ ਲੈਟਰ ਨਾਲ, ਬਿਕੋਜ਼ ਹੈ ਤਾਂ ਯਾਰ ਇਹ ਰੈਪ ਹੀ ਨਾ, ਗਰਮ ਕੀਤੇ 'ਤੇ ਲੈ ਜਾਣਾ, ਵਾਹਵਾ ਟਾਈਮ ਤਾਂ ਲੱਗਿਆ ਪਰ ਲੈ ਜੂਗਾ ਗਰਮ ਕੀਤੇ 'ਤੇ। ਅਤੇ ਕਰਦੇ ਸਭ ਤੋਂ ਪਹਿਲਾਂ ਇਹਨੂੰ ਸਾਫ਼, ਅਤੇ ਆਹ ਜਿਹੜੀ ਵੀ ਮਿੱਟੀ ਵਗੈਰਾ ਲੱਗੀ ਰਿਮ ਵਗੈਰਾ 'ਤੇ ਸਾਰੀ ਸਾਫ਼ ਕਰਦੇ ਹਾਂ, ਕਿਉਂਕਿ ਵੈਸੇ ਰਿਮ 'ਤੇ ਜਿਹੜੀ ਮਿੱਟੀ ਲੱਗੀ ਉਹ ਸਾਫ਼ ਕਰਕੇ ਫਿਰ ਵਧੀਆ ਸਪਰੇ ਵੱਜੂ, ਪੂਰੀ ਕਲੀਨ ਫਿਨਿਸ਼ ਆਊਗੀ, ਜਮ੍ਹਾਂ ਚਮਕਾ ਕੇ ਰਿਮ ਫਿਰ ਆਪਾਂ ਮਾਰਾਂਗੇ ਸਪਰੇ ਜਮ੍ਹਾਂ ਕਲੀਨ ਕਰਕੇ। ਅਤੇ ਹੁਣ ਕਰਦੇ ਹੈਗੇ ਵੈਸੇ ਦੀ ਕਲੀਨਿੰਗ ਸ਼ੁਰੂ, ਅਤੇ ਸਭ ਤੋਂ ਪਹਿਲਾਂ ਰੈਪ ਆਹ ਜਿਹੜੀ ਟੇਪ ਲੱਗੀ ਗ੍ਰੀਨ ਜੀ ਇਹ ਲਾਉਂਦੇ ਹਾਂ, ਕਿਉਂ ਅੱਜ ਕੱਲ੍ਹ ਮੈਂ ਥੋੜ੍ਹਾ ਬਹੁਤਾ ਕੱਪੜਾ ਮਾਰਦਾ, ਕਿਉਂਕਿ ਮਿੱਟੀ ਵਗੈਰਾ ਜਿਹੜੀ ਛੋਟੀ ਮੋਟੀ ਲੱਗੀ ਆ ਲੈ ਜੂ ਆਹ ਸਾਰੀ। ਅਤੇ ਹੁਣ ਗਾਈਸ ਆਪਾਂ ਲੈਟਰ ਵੀ ਲਿਆਂਦਾ ਹੈਗਾ ਇੱਕ, ਕਿਉਂਕਿ ਨਾ ਲੈਟਰ ਨਾਲ ਵਧੀਆ ਤਰੀਕੇ ਨਾਲ ਹੀਟ ਦਿੱਤੀ ਜਾਊਗੀ, ਹੁਣ ਜੇ ਡਰਾਇਰ ਵਗੈਰਾ ਤਾਂ ਉਹ ਸਵਿੱਚ ਬੋਰਡ 'ਤੇ ਲਾਉਣਾ ਪੈਣਾ, ਫਿਰ ਬਾਹਲਾ ਜ਼ਿਆਦਾ ਝੰਝਟ ਹੋ ਜਾਣਾ। ਲੈਟਰ ਨਾਲ ਹੀਟ ਦੇ ਕੇ ਆਪਾਂ ਸਾਰੀ ਸਾਰੀ ਆਹ ਲਾ ਦਾਂਗੇ ਰੈਪ, ਅਤੇ ਸ਼ੁਰੂ ਕਰਦੇ ਇਹਨੂੰ ਲਾਉਣਾ। ਅਤੇ ਗਾਈਸ ਹੁਣ ਜਿਹੜੀ ਆਪਣੇ ਰਿਮ 'ਤੇ ਗ੍ਰੀਨ ਟੇਪ ਲੱਗੀ ਸੀ ਉਹ ਸਾਰੀ ਸਾਰੀ ਆਪਾਂ ਲਾਤੀ ਆ, ਅਤੇ ਹੁਣ ਇਹਨੇ ਤਾਂ ਹੁਣ ਸ਼ੁਰੂ ਕਰਤਾ ਹੈਗਾ ਅਤੇ ਅਖਬਾਰ ਜਲ ਵੇਟਣਾ, ਕਿਉਂਕਿ ਨਾ ਇਹ ਸ਼ੋਕਰ ਜਿਹੜੇ ਹੈਗੇ ਇਹਨਾਂ ਉੱਤੇ ਨਾ ਪੈ ਜੇ ਆਪਣੇ, ਕਿਉਂਕਿ ਜਿਹੜਾ ਆਪਣੀ ਸਪਰੇ ਫਿਰਨੀ ਨਾ ਆਪਾਂ ਉਹ ਸ਼ੋਕਰ 'ਤੇ ਨਾ ਪੈ ਜੇ, ਤੰਗ ਹੋਏ ਅਤੇ ਅਖਬਾਰ ਲਵੇਟ ਦਿੰਦੇ ਹਾਂ, ਜਾਂ ਮਗਰ ਦੇ ਸ਼ੋਕਰ ਵਗੈਰਾ 'ਤੇ ਅਖਬਾਰ ਲਵੇਟ ਦਾਂਗੇ। ਅਤੇ ਬਾਕੀ ਗਾਈਸ ਹੁਣ ਆਪਾਂ ਸ਼ੁਰੂ ਕਰਦੇ ਹੈਗੇ ਅਤੇ ਰੈਪ ਕਰਨਾ, ਅਤੇ ਉਹ ਲਾਉਣ 'ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਆਪਾਂ ਨੂੰ, ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਲੱਗੀ ਸੀ ਅਤੇ ਉਹਨੂੰ ਪੂਰਾ ਇਹਦਾ ਖੁਰਚ ਖੁਰਚ ਕੇ ਲਾਉਣਾ ਪਿਆ। ਸਭ ਤੋਂ ਪਹਿਲਾਂ ਮਿੱਟੀ ਲਾ ਦਈਏ, ਸਾਰੇ ਰੈਮ ਸਾਫ਼ ਕਰ ਦਈਏ, ਮਿੱਟੀ ਕਿਉਂਕਿ ਨਾ ਇੱਥੇ ਕੱਢਣੀ ਨਹੀਂ, ਅਤੇ ਮਿੱਟੀ ਸਾਫ਼ ਕਰਨ ਤੋਂ ਬਾਅਦ ਪੂਰੇ ਵਧੀਆ ਸ਼ਾਈਨ ਮਾਰਨ ਤੋਂ ਬਾਅਦ ਇਹ 'ਤੇ ਸਪਰੇ ਮਾਰ ਦਾਂਗੇ। ਅਤੇ ਗਾਈਸ ਹੁਣ ਆਪਾਂ ਆਪਣੇ ਰਿਮਾਂ 'ਤੇ ਕੱਪੜਾ ਮਾਰਤਾ ਗਾ, ਅਤੇ ਹੁਣ ਆਪਾਂ ਜਲਦੀ ਜਲਦੀ ਸਪਰੇ ਕਰ ਦਿੰਦੇ ਇਹ 'ਤੇ, ਕਿਉਂਕਿ ਆਹ ਮਿੱਟੀ ਵਗੈਰਾ ਫੇਰ ਨਾ ਚੜ੍ਹ ਜੇ, ਅਤੇ ਵਧੀਆ ਆਪਾਂ ਸਾਫ਼ ਕਰਤੇ ਅਖਬਾਰ ਵੀ ਸ਼ੋਕਰ ਜਿਹੜੇ ਹੈਗੇ ਉਹਨਾਂ ਉੱਤੇ ਆਪਣੀ ਸਪਰੇ ਨਾ ਹੋ ਜੇ। ਅਤੇ ਹੁਣ ਸ਼ੁਰੂ ਕਰਦੇ ਹੈਗੇ ਆਪਾਂ ਕਰਨਾ।
ਅਤੇ ਗਾਈਸ ਹੁਣ ਆਪਣਾ ਫਰੰਟ ਵਾਲਾ ਰਿਮ ਤਾਂ ਹੋ ਚੁੱਕਿਆ ਬਲੈਕ, ਬਾਕੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇੱਦਾਂ ਦੀ ਆਈ ਜਾਂਦੀ ਆ। ਅਤੇ ਹੁਣ ਮਗਰਲਾ ਵੀ ਆਪਾਂ ਜਲਦੀ ਜਲਦੀ ਕਰ ਦਿੰਦੇ ਹਾਂ, ਹੁਣ ਜੇ ਤਾਂ ਇੱਕ ਹੀ ਬੋਟਲ ਆਪਣੇ ਕੋਲ, ਮੈਂ ਤਾਂ ਚਾਹੁੰਦਾ ਇੱਕ 'ਚ ਹੋ ਜੇ, ਬਾਕੀ ਕੋਸ਼ਿਸ਼ ਕਰਦੇ ਹੈਗੇ ਆਪਾਂ ਹੈ ਨਾ ਇੱਕ ਬੋਟਲ 'ਚ ਕਰਨ ਦੀ, ਹੋ ਜੂਗਾ। ਚੱਲ ਆਪਣੀ ਆਹ ਵਾਲੀ ਜਿਹੜੀ ਆਪਾਂ ਸਪਰੇ ਲਿਆਉਂਦੀ ਸੀ ਇਹ ਤਾਂ ਹੁਣ ਹੋ ਗਈ ਆ ਖਤਮ, ਅਤੇ ਆਪਣਾ ਇੰਨਾ ਕੁ ਤਾਂ ਹੋ ਗਿਆ, ਇੱਕ ਮਗਰਲਾ ਟਾਇਰ ਹੋ ਗਿਆ ਅਤੇ ਆਹ ਵਾਲਾ ਟਾਇਰ ਇੱਧਰਲੇ ਮੈਨੂੰ ਹੋ ਗਿਆ, ਪਰ ਇੱਧਰਲੇ ਮੈਨੂੰ ਹਾਲੇ ਵੀ ਰਹਿੰਦਾ ਗਾ ਕਈ ਕਈ ਜਗ੍ਹਾ ਤੋਂ। ਅਤੇ ਤਾਂ ਆਪਾਂ ਇੱਕ ਹੋਰ ਬੋਟਲ ਲੈ ਜਾਂਦੀ ਆ ਅਤੇ ਇਹਦੇ ਨਾਲ ਆਪਾਂ ਕਰਦੇ ਹੈਗੇ ਆ ਸਪਰੇ ਇਹਦੇ 'ਤੇ, ਅਤੇ ਜੇ ਬਚ ਗਈ ਤਾਂ ਆਪਾਂ ਹੋਰ ਵੀ ਥੋੜ੍ਹੇ ਬਹੁਤ ਪਾਰਟ ਜਿਹੜੇ ਹੈਗੇ ਉਹਨਾਂ 'ਤੇ ਕਰ ਦਾਂਗੇ, ਜਿਵੇਂ ਸਲੈਂਸਰ ਵਗੈਰਾ ਇੱਥੋਂ ਜਿਹੇ ਹੈਗੇ ਥੋੜ੍ਹੇ ਇਹਨੂੰ ਕਰ ਦਾਂਗੇ, ਅਤੇ ਕਹੀ ਸਰ ਸਲੈਂਸਰ ਵਗੈਰਾ 'ਤੇ ਵੀ ਕਰ ਦਾਂਗੇ ਜੇ ਵੱਧ ਗਈ। ਅਤੇ ਹੁਣ ਕਰਦੇ ਹਾਂ ਸ਼ੁਰੂ ਆਪਾਂ ਇੱਥੇ ਪੇਂਟ ਕਰਨਾ। ਅਤੇ ਗਾਈਸ ਹੁਣ ਆਪਣਾ ਸਾਰੇ ਬੰਨੇ ਹੋ ਚੁੱਕਿਆ ਕੰਪਲੀਟ, ਆਹ ਚੈੱਕ ਕਰ ਲਓ ਤੁਸੀਂ ਹੈ ਨਾ, ਰਿਮ ਹੋ ਚੁੱਕਿਆ ਕੰਪਲੀਟ, ਇੱਧਰਲੇ ਬੰਨੋ ਵੀ ਸਹੀ ਆ, ਉਹ ਦੂਜੇ ਬੰਨੋ ਵੀ ਤੁਹਾਨੂੰ ਚੈੱਕ ਕਰਾ ਦਈਏ ਇੱਕ ਵਾਰੀ, ਆਹ ਚੈੱਕ ਕਰੋ ਹੈ ਨਾ। ਅਤੇ ਹੁਣ ਆਪਾਂ ਇਹਨੂੰ ਕੱਪੜਾ ਵਗੈਰਾ ਮਾਰ ਦਿਆ, ਕਈ ਪੈਪਾ ਪੈਪਾ 'ਤੇ ਵੀ ਆਪਾਂ ਮਾਰ ਦਿੰਦੇ ਹਾਂ ਸਪਰੇ, ਭੈੜੀ ਜਿਹੀ ਨਾ ਲੱਗੇ। ਅਤੇ ਹੁਣ ਗਈ ਆਪਾਂ ਆਪਣੇ ਵਹੀਕਲ ਨੂੰ ਦਿੱਤਾ ਹੈਗਾ ਫਿਨਿਸ਼ਿੰਗ ਟੱਚ, ਜਿਵੇਂ ਆਹ ਜਗ੍ਹਾ 'ਤੇ ਰਹਿੰਦਾ ਹੈਗਾ ਸੀਗਾ ਸਲੰਸਰ 'ਤੇ, ਇੱਥੇ ਵੀ ਆਪਾਂ ਕਰਤਾ ਬਲੈਕ, ਅਤੇ ਹੁਣ ਇੱਦਾਂ ਦੀ ਕੁਛ ਲੁੱਕ ਆਈ ਜਾਂਦੀ ਆ, ਤੁਸੀਂ ਆਪ ਚੈੱਕ ਕਰ ਲਓ ਸਲੰਸਰ ਸਾਰਾ ਆਪਾਂ ਬਲੈਕ ਕਰਤਾ, ਹੁਣ ਪੂਰੀ ਘੈਂਟ ਲੁੱਕ ਆਈ ਜਾਂਦੀ ਆ। ਅਤੇ ਹੋਰ ਵੀ ਛੋਟੀਆਂ ਮੋਟੀਆਂ ਪੈਪਾਂ ਵਗੈਰਾ ਜਿਹਨਾਂ ਉਦੋਂ ਪੇਂਟ ਲਈ ਜਾਂਦੇ ਸੀ ਉਹ ਵੀ ਆਪਾਂ ਬਲੈਕ ਕਰਤੀਆਂ ਹੈਗੀਆਂ। ਅਤੇ ਗਾਈ ਤੁਹਾਨੂੰ ਇਹਨੂੰ ਜਲਦੀ ਜਲਦੀ ਸਾਫ਼ ਕਰਦੇ ਹੈਗੇ, ਅਤੇ ਤੁਹਾਨੂੰ ਸਾਫ਼ ਕਰਕੇ ਫਿਰ ਸਿੱਧਾ ਮਿਲਦੇ ਹੈਗੇ ਹਾਂ। ਅਤੇ ਗਾਈਸ ਹੁਣ ਆਪਾਂ ਕਰਤਾ ਆਪਣੀ ਬਾਈਕ ਨੂੰ ਸਾਫ਼, ਸ਼ਾਈਨ ਚੈੱਕ ਕਰ ਲਓ ਹੁਣ ਤੁਸੀਂ ਹੈ ਨਾ, ਪੂਰਾ ਚਮਕਾ ਤਾ, ਅਤੇ ਜ਼ੈੱਡ ਬਲੈਕ ਵਿੱਚ ਤੁਸੀਂ ਚੈੱਕ ਕਰੋ ਗੱਡੀ ਦਾ ਖਤਰਨਾਕ ਲੁੱਕ ਆਈ ਜਾਂਦੀ ਹੈਗੀ ਹੁਣ। ਬਾਕੀ ਆਪਾਂ ਥੋੜ੍ਹਾ ਬਾਹਰ ਨੂੰ ਰੱਖਿਆ ਗਾ, ਬਾਹਰ ਕੱਢ ਕੇ ਇੱਧਰ ਦਿਖਾਉਂਦੇ ਹਾਂ ਧੁੱਪੇ ਹੈ ਨਾ, ਇੱਧਰ ਹਨੇਰੀ ਜਿਹਦੇ ਵਿੱਚ ਰੱਖਿਆ ਆਪਾਂ। ਹੁਣ ਆਪਾਂ ਥੋੜ੍ਹਾ ਬਾਹਰ ਨੂੰ ਕੱਢਿਆ ਗਿਆ ਬਾਈਕ ਨੂੰ, ਅਤੇ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦਾ ਖਤਰਨਾਕ ਆਈ ਜਾਂਦੀ ਹੁਣ ਹੈ ਨਾ, ਆਹ ਚੈੱਕ ਕਰੋ ਤੁਸੀਂ ਪੂਰਾ ਜ਼ੈੱਡ ਬਲੈਕ, ਐਡੀ ਇੱਕ ਨਾ ਰੁਤਬਾ ਹੀ ਬਣਦਾ ਜ਼ੈੱਡ ਬਲੈਕ ਵਿੱਚ, ਅਤੇ ਬਾਹਲਾ ਜ਼ਿਆਦਾ ਸਿਰਾ ਲੱਗੀ ਜਾਂਦਾ ਹੈਗਾ ਹੁਣ। ਅਤੇ ਗਾਈਸ ਆਹ ਵਾਲਾ ਵਲੋਗ ਬਾਹਲਾ ਛੋਟਾ ਹੋ ਗਿਆ ਹੈਗਾ, ਪਰ ਇਹ ਵਾਲਾ ਵਲੋਗ ਬਹੁਤ ਜ਼ਿਆਦਾ ਜ਼ਰੂਰੀ ਸੀ ਇਹਦੇ ਲਈ, ਕਿਉਂਕਿ ਇਹਨੂੰ ਫਿਨਿਸ਼ਿੰਗ ਟੱਚ ਦਾ ਦੇਣਾ ਸੀਗਾ, ਜ਼ੈੱਡ ਬਲੈਕ ਕਰਾਉਣ ਤੋਂ ਬਾਅਦ ਇਹ ਅੱਡੀ ਥੋੜ੍ਹਾ ਜਿਹਾ ਰਿਮ ਜਿਹੇ ਤੋਂ ਫੋਕਿਆ ਲੱਗੀ ਜਾਂਦਾ ਸੀਗਾ, ਅਤੇ ਬਲੈਕ ਕਰਨ ਤੋਂ ਬਾਅਦ ਥੋੜ੍ਹੀ ਵਧੀਆ ਹੋ ਗਈ ਲੁੱਕ। ਬਾਕੀ ਗਾਈਸ ਇਹ ਵਾਲੇ ਵਲੋਗ ਨੂੰ ਬਾਹਲਾ ਲੰਬਾ ਨਹੀਂ ਖਿੱਚਦੇ, ਵੈਸੇ ਵੀ ਬਾਹਲਾ ਲੰਬਾ ਹੈ ਨਹੀਂ ਗਾ ਇਹ,
ਅਤੇ ਇਹ ਵਾਲੇ ਬਲੌਗ ਨੂੰ ਇੱਥੇ ਹੀ ਆਪਾਂ ਖਤਮ ਕਰ ਦਿੰਦੇ ਹੈਗੇ ਫਿਰ, ਬਾਕੀ ਤੁਸੀਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿਹੋ ਜਿਹਾ ਲੱਗੀ ਜਾਂਦਾ ਹੈਗਾ। ਅਤੇ ਗਾਈਸ ਇਹ ਵਾਲੇ ਬਲੌਗ ਨੂੰ ਫਿਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਉ ਅਤੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਉ। ਅਤੇ ਗਾਈਸ ਮਿਲਦੇ ਹਾਂ ਫਿਰ ਨੈਕਸਟ ਬਲੌਗ ਵਿੱਚ।